मठा बोल मेरे सिर दी बिक्रियां हलाई जानी है ना, साड़ी चोरी हुई है, ना बोलिए भाई तुहाडी चोरी किस हिसाब विच होई है। मैं तुहाडे घर दे कोल लगा ते कुकर तुहाडा लंगड़ा होके फिरदा हा। मैं आखिया भी ये की होया, वेखिया तो ओहदी लत टुटी हुई है। मैं सोचिया भी चलो इहदा भला करा, जिंदी जान है तकलीफ विच है। मैं ओहनू इसाक नगर लै गया ओहनां कोल जोड़ बनवावण वास्ते। ते हुण कित्थे है? राह दे विच ओहदी विचारे दी हालत ज्यादा खराब होगी। मैं आखिया विचारा हराम मौत ना मर जावे, मैं छुरी फिरा दित्ती। ते गोश्त कित्थे है? गोश्त मेरे डेट दे वेच है, जे खाब चाहिदे हिने ते हक फरीद होटल दे मगर पए ने। ओ जलील दे बच्चे आ, मेरा लड़ाई वाला कुकड़ सी जदों टुरदा सी इस तरह टुरदा सी, इस तरह हुण ना टुरसी, हुण फेराइयां भी ना करसी। ਹੁਣ ਤੂੰ ਤੁਰਸੀ ਥਾਣੇ ਜਾਂ ਤੇਰੇ ਪਿਓ ਕੋਲ ਲੈ ਜਾ, ਉੱਥੇ ਲਿਖਤਲ ਪੋਸਣ ਤੈਨੂੰ। ਲੈ ਮੇਰੇ ਪਿਓ ਕੋਲ ਜਾ, ਸੁਧ ਕੀ ਫਾਇਦਾ ਸੀ? ਮੇਰਾ ਪਿਓ ਕੰਜੂਸ ਆਦਮੀ, ਉਹਨੇ ਤਾਂ ਤੁਹਾਨੂੰ ਕੁਝ ਨਹੀਂ ਦੇਣਾ। ਇਹ ਤਾਂ ਫਲਕ ਸ਼ੇਰ ਦਾ ਪੁੱਤ ਨਾ ਹੁੰਦਾ ਨਾ? ਮੋੜ ਕਿੰਦਾ ਹੁੰਦਾ? ਕੁੱਤੇ ਦਾ ਪੁੱਤ ਹੁੰਦਾ। ਓਏ ਤੂੰ ਚੌਧਰੀ, ਫਲਕ ਸ਼ੇਰ ਦੀ ਸ਼ਾਨ ਵਿੱਚ ਗੁਸਤਾਖੀ ਕੀਤੀ ਤੇ ਤੈਨੂੰ ਬੜੀ ਮਹਿੰਗੀ ਪਵਣੀ ਹੈ। ਹੁਣ ਅਸੀਂ ਤੇਰੀ ਬੱਕਰੀ ਵੀ ਟੰਗ ਲੈਣੀ ਹੈ। ਓਏ ਕੁੱਕੜ ਆ ਜਿਹੜਾ ਮੇਰਾ ਹਾ ਜਿਹੜਾ ਤੁਸੀਂ ਚਾਹ ਲਿਆ, ਉਹ ਜਿਹੜੀ ਬੱਕਰੀ ਚਾਹ ਸੀ ਨਾ ਉਹਦੇ ਪੇਕਾਂ ਦੀ ਹੀ ਮੁਰਦੀ ਹੈ। ਉਹ ਤੇਰੀ ਡਾਂਸਾ ਬੰਦੇ ਸੀ ਹੈ ਮੈਡਕੀ ਹੀ ਹੈ। ਤੂੰ ਮੇਰੀ ਬੱਕਰੀ ਨੂੰ ਹੱਥ ਤੇ ਲਾ ਕੇ ਵਹਾ ਕੇ ਮੈਂ ਤੇਰੇ ਹੱਥ ਹੀ ਨਾ ਵੜ ਦਿੱਤੇ ਤੇ। ਓਏ ਇੱਕ ਮਿੰਟ, ਇੱਥੇ ਸੁਲਤਾਨ ਰਹੀ ਬਣ ਗਈ ਐ, ਪੂਰੀ ਗੱਲ ਤੇ ਸੁਣ ਲੈ। ਓਏ ਇੱਕ ਹਾਦਸਾ ਹੋਣਾ ਹਾ ਹੋ ਗਿਆ, ਅਸੀਂ ਕੋਈ ਚੋਰ ਨਾ ਹਾਂ। ਉਹ ਹਾਸਾ ਸਾਡੇ ਨਾਲ ਹੀ ਹੋਣਾ, ਉਹ ਬਸ ਕਿਸੇ ਨਾਲ ਵੀ ਹੋ ਸਕਦਾ। ਹੁਣ ਤੁਹਾਡੇ ਮੁਰਗੇ ਵਿਚਾਰੇ ਦੀ ਲੱਤ ਟੁੱਟੀ ਹੋਈ, ਮੇਰਾ ਕੀ ਕਸੂਰ ਹੈ? ਆਹੋ ਜੋ ਸਾਡੇ ਹੁੰਦਿਆਂ ਤੇ ਕੋਈ ਨਹੀਂ ਟੁੱਟੀ, ਤੇਰੇ ਵਖਿਆ ਹੀ ਟੁੱਟੀ ਗਈ ਉਹਦੀ ਲੱਤ। ਅੱਜ ਤੋਂ ਪਿਛਾ ਸਾਡੀ ਗਲੀ ਜਾਂ ਸਾਡੇ ਘਰ ਦੇ ਨੇੜੇ ਨਜ਼ਰ ਆਏ, ਮੈਂ ਤੇਰੀ ਲੱਤ ਖੜਕਾ ਦੇਣੀ। ਸੁੱਕਾ ਜਿਹਾ ਵਾਂਸ ਆ ਕੇ ਸਾਡਾ ਸਾਰਾ ਦਿਮਾਗ ਹੀ ਆਊਟ ਕਰ ਛੱਡਿਆ। ਓਏ ਖੋਤੇ ਦੇ ਬੱਚੇ ਆ, ਆਪਾਂ ਉਹਨਾਂ ਦਾ ਮੁਰਗਾ ਖਾਧੀ ਖਲੋਤੇ ਆ, ਬੇਇੱਜ਼ਤੀ ਕਿਉਂ ਕਰਵਾਉਂਗਾ? ਆਪੇ ਸ਼ਿਕਾਇਤ ਲਾ ਦੇ ਸਨ ਜਾਂਦੇ ਪਿੰਡ ਜਾਵਣ ਦੇ, ਐਵੇਂ ਵਰੀ ਪਾ ਕੇ ਖਲੋ ਰਹੇ ਆ। ਉਹ ਖੱਚ ਜਾਈਆ, ਉਹਨਾਂ ਦੇ ਪ੍ਰੈਸ਼ਰ ਤਾਂ ਪਾਇਆ ਵੀ ਆਪਣੇ ਕੋਲ ਡਰ ਜਾਵੇ। ਚਲਾ ਜਾ ਟੋਰ। ਘਰੇ ਬੱਜੀ ਬਣੀ ਜੇ ਗੱਲ ਵੱਧ ਗਈ ਤੇ ਮੋੜ ਡਾਕਟਰ ਕੋਲ ਗਈ ਆ। ਡਾਕਟਰ ਨੇ ਆਖਿਆ ਏਡਾ ਵੱਡਾ ਮਸਲਾ ਕੋਈ ਨੀ, ਮਤੀਰਾ ਖਾ ਠੀਕ ਹੋ ਜਾ। ਉਹ ਲੱਗੀ ਤੇਰੇ ਗਿੱਟੇ ਤੇ ਸੱਟ ਹੈ ਤੇ ਖਾਂਦੀ ਮਤੀਰਾ ਹੈ, ਉਹ ਕਿਹੜੇ ਡਾਕਟਰ ਕੋਲ ਵਗ ਗਈ? ਬੇਵਕੂਫ ਕੋਲ। ਇਹ ਡਾਕਟਰ ਢਿਲਕਣੇ ਕੋਲ ਗਈ ਹੋ ਸੀ, ਉਹ ਐਵੇਂ ਪੁੱਟੇ ਸੀ ਦਮਸ਼ਬਰ ਦਿੱਤੀ ਰੱਖਦਾ। ਨਹੀਂ ਮੈਂ ਉਹਦੇ ਕੋਲ ਨਹੀਂ ਗਈ ਆ, ਡਾਕਟਰ ਬਿੱਲੂ ਕੋਲ ਗਈ ਆ ਤੇ ਉਹਨੇ ਆਖਿਆ ਮਤੀਰਾ ਖਾ, ਤੈਨੂੰ ਖੂਨ ਦੀ ਕਮੀ ਤੇ ਤੇਰਾ ਖੂਨ ਪੂਰਾ ਹੋ ਜਾ, ਅਸੀਂ ਮਤੀਰਾ ਖਾ ਦਿਆਂ। ਤੇ ਮੈਂ ਬੂਤਣੇ ਦਾ ਸਿਰ ਪਾੜ ਕੇ ਤੇ ਖੂਨ ਦਾ ਪਿਆਲਾ ਭਰ ਕੇ ਤੇ ਤੈਨਾਂ ਦੇ ਦੇਵਾਂ, ਖੂਨ ਦੀ ਕਮੀ ਪੂਰੀ ਕਰ ਲਾ। ਉਹ ਤੂੰ ਪੀ ਲੈ ਗੰਦਾ ਖਾਰਾ ਸ਼ਾਲਾ ਖੂਨ, ਮੈਂ ਕਿਉਂ ਪੀਵਾਂ? ਤੈਨੂੰ ਕਹਾਂ ਆਖੇ ਉਹਨੂੰ ਖਾਰਿਸ਼? ਮੈਂ ਵੇਖਿਆ ਗਈਏ ਖੁਰਕਦਾ ਪਿਆ ਆ ਬੈਠੋ ਆ, ਦੁੱਬ ਤੇ ਬੈਠਾ ਆ ਨਾਲੇ। ਓ ਐਵੇਂ ਫੂਲ ਮਰੈਂਦੀ ਪਈ ਐ, ਮੈਨੂੰ ਤਾਂ ਖਾਰਿਸ਼ ਕੋਈ ਨਹੀਂ, ਮੈਂ ਬੈਠਾ ਕੀੜੀਆਂ ਨੇ ਖੁੱਡਾ ਤੇ ਮੈਨੂੰ ਚੰਬੜ ਗਏ ਕੀੜੀਆਂ ਤੇ ਮੋਹ ਗਈ ਲੂੰਦਾ ਰੀਆਂ। ਮੈਨੂੰ ਇਹ ਨਹੀਂ ਸਮਝ ਆਉਂਦੀ ਕੀੜੀਆਂ ਦੀ ਖੁੱਡਾਂ ਉੱਤੇ ਬਹਿ ਕੇ ਕਰਦਾ ਤੂੰ ਕੀ ਐ? ਬਕਵਾਸ ਆਦੀ ਬੰਦ ਕਰ, ਮਤੀਰਾ ਲਿਆ ਕੇ ਦੇ ਮੈਨੂੰ ਖੂਨ ਦੀ ਕਮੀ ਹੋਈ ਕਿ ਤੇ ਮਤੀਰਾ ਖਾਦਾ ਖੂਨ ਪੂਰਾ ਹੋ ਜਾਸੀ ਮੇਰਾ। ਬਾਹਰ ਆਨੇ ਲਾਤ ਲੰਗੜੀ ਕਰਕੇ ਤੂੰ ਹੀ ਤੇ ਮੰਮੀ ਅੱਲਾ ਦੇ ਨਾਂ ਤੇ ਕੋਈ 400-500 ਲੈ ਆਉਣਾ। ਤੇਰੇ ਮਸ਼ਵਰੇ ਦਾ ਇਨਾਮ ਆਈ, ਪੈਸਾ ਕਿਦੂ ਲਾਇਆ ਹੋਰ? ਆਪਣੇ ਕੋਲ ਤਾਂ ਪੈਸਾ ਹੀ ਕੋਈ ਨੀ।
ਅੱਬਾ ਸੁੱਤਾ ਪਿਆ ਹੈ ਤੇ ਮੈਂ ਥਰਾ ਕੇ 50 ਰੁਪਈਆ ਹੁੰਦੀ ਜੇਬ ਚ ਕੱਢ ਲੈਣਾ ਤੇ ਬਸ ਲੈ ਕੇ ਆਵੇਂ ਬਾਬਾ ਸੋਹਣਾ ਬੜਾ ਰਤਨ ਤੀਰਾ ਲੈ ਕੇ ਆਵੇਂ ਇਹਨੂੰ ਕਿ ਫਿੱਕਾ ਚਾਕ ਲੈ ਗਿਆ ਹੋਣੀ ਟੱਕ ਲਵਾ ਕੇ ਲੈ ਕੇ ਉਸਾਂ ਬਲਕੇ ਥੋੜਾ ਜਾ ਆ ਕੇ ਲੈ ਕੇ ਉਸਾਂ ਆਪ ਨਾ ਤੇ ਖਾਵੇਂ ਪਿਆ ਸਾਰਮ ਤੀਰਾ ਮੈਂ ਖਾਵਣਾ ਜਲਦੀ ਨਾਲ ਕੱਢ ਕੇ ਆਈ ਉਠਿੰਦੇ ਹੀ ਚੁੱਪ ਕਰ लख लाना चा तेरे ओ बगैरा ता हुन जेबा कढ़निया शुरू कर लिया ओ नहीं जेब कटदा पिया इथे बठुआ जे जांदा पिया हां ते मैं ओनु वही कीता बड़ा तुम्हारा रींज के ते नाकल है मैं जिन्नी तेरी बेइज्जती करना तेरे ते असर ही नहीं करदी ले असर करदी है के अवे मेरा रंग नहीं काला हुंदा जांदा ए लानता लै लै के हुंदा जांदा अब्बा लानता नु छड़ लानता तू अगे पीछे भी देंदा रहना हुन इस टाइम मैनु 100 रुपया दे दे 1 रुपया भी कोई नहीं ए तू दफा हो जा आदा कमा ते खा शादी शुदा है तू ते मैं तेनु आखे मेरी शादी करा आप शौक नाल शादी कराई भी मैं नेउंदरे उगाड़ सा मैं नेउंदरे उगाड़न वास्ते तेरी शादी नहीं कराई आए मैं शादी ता कराई आई भी तू सुधर जासी पर तू दिन ब दिन बिगड़दा ही जाना ते तू शादी बड़ी मेरी किसी कॉलेज दी प्रिंसिपल ना करवाई है जेड़ा मैं सुधर जासा मैं तेरे ना पूरा नहीं ले सकता आदा कमा ते खा ते मेरे तो उम्मीद ना रखी आ जमीना ते जायदाद सारिया तो कब्र च ला जानियां ने नहीं मैं बेचना ते तेनु खवा देना ओ बेवकूफ हां हुन तेरे को टाइम है ते आदे पैरां ते हो आ पैरां ते ही खड़ा होर गोड्यां ते खड़ा ओ दफा हो जा की बकवास करी रखना तू मेरे अगे मेरी गल सुन ला अब्बा जे मैनू तू पैसे ना दिते मैं तेनु गंदिया करसा की तू गंदिया करसे जिवें मेरे कोल होया गया क्या तू करला गंदिया मेरा की जाना लै भी अब्बा हुण तो मेरीयां मिन्नतां करनियां नी तू आखना रमजी बाज आ जा बाज आ जा मैं बाज कोई नहीं आना बल्कि बाज बन के उठ जाना तू एक मिनट भी इत्थे ना खलो चल उठ मारन कुटन तेरा हुंदा आ टाइम चल निकल जा परा निकल जा परा तू इत्थे करदा पया कर ले प्यो उड़ीक ना बैठे रह कर ना प्यो मुंह वेख्या कर हुण पैसे मंगने तो कि बेइज्जती कीती है मैं काम नी कर सा काम ऐसा कर सा अबे नु गंदिया कर सा बल्कि मैं काम विखा सा ओ किवें आपा चलने है तेरे मां पियो कोल ओथे मैं रासा ए मनावण उस भी आओ घरे आओ रौनक कोई नहीं मैं कल्ला हां तो मैं आखसा मैनु 10,00,000 रुपया दे ता मैं घरे आउना तेरे पियो पैसे कोन देने के तेनु कंजूस है सिरियां दा 1 रुपया ना देवे खोटा भी तेनु कल्ला इस घर च बैठा रासी ओडन तो टुक्कर खांदा रासी कोई गल नहीं मैनु देसी मैं इक्को दा इक्को दा पोतरा मेरे तो इलावा होंदे अगे पीछे कोई नहीं ओनु पानी देवण वाला ही कोई नहीं हां पानी देवण वाला कोई नहीं जिवें दा तेरा पियो कंजूस है ना इवें दे उतरे ही बंदे जांदे है जेड़ा अल्लाह ते ओनु दे दे दा पोतरा अल्लाह ने ओनु रात दे दीती है ना बस ठीक है तू मेरे नाल चुप कर कटरू है या नहीं ये मैनु दस मैं ते टुरन वास्ते तैयार है गई हां की हो जी भी है टुर पाओ चले गए टुर मेरे मां प्यो ते बुआ ते लई ते जाने है गया तेनु पता आप गरीब बंदे ना आपा किवें गुजारा कर सा उथे कोई गल नहीं मैं उथे दो दे मर्चा नाल भी रोटी खा लई सा लेकिन एक बार याद है प्यो दी टक बन सा वेखी दो दे बाद भुकांदा लगा उसे अच्छा हां चलो ओए ते चौधरी फलक शेर दा घर केड़ा है चौधरी फलक शेर दा घर हां जी फलक शेर दा घर मैं ओंदा पोतर अच्छा पोतर मियां तू ओंदा आ दाडा शादी दा कार्ड ही अच्छा अच्छा ਸਾਡੇ ਲੈ ਸ਼ਾਦੀ ਦਾ ਕਾਰਡ ਆਇਆ ਤੇ ਆਇਆ ਕਿਦੂ ਹੈ ਮਲਕ ਸ਼ਬਾਈ ਖੋਖਰ ਦੀ ਸ਼ਾਦੀ ਹੈ ਕਾਨੂ ਗੋ ਵਾਲਿਆਂ ਦੀ ਤੇ ਉਹਨਾਂ ਨੇ ਕਾਰਡ ਗੱਲਿਆ ਅੱਛਾ ਤੇ ਉਹਨਾਂ ਸਾਡੇ ਕੱਲੇ ਘਰ ਲੈ ਕਾਰਡ ਗੱਲਿਆ ਅੱਛਾ ਇਹ ਤੁਹਾਡੇ ਲ ਨਹੀਂ ਉਹਨਾਂ ਸਾਰੇ ਪਿੰਡ ਲੈ ਗੱਲਿਆ ਮੇਰੇ ਤਰ੍ਹਾਂ ਬੋਲਣ ਲੱਗ ਪਿਆ ਮੇਰਾ ਪੁੱਤਰ ਤਾਂ ਨਹੀਂ ਹੈ ਕਿਤੇ ਨਜਾਇਜ਼ ਨਜਾਇਜ਼ ਨਹੀਂ ਮਜਾਇਜ਼ ਅੱਛਾ ਤੇਰੀ ਮਾਂ ਨਾਲ ਮੈਂ ਨਿਕਾਹ ਕਦੋਂ ਕੀਤਾ ਹਾਂ ਆਪਣਾ ਇਹ ਕਾਰਡ ਪੁੱਤਰੀ ਐਂ ਕਰ ਇਹ ਮੈਨੂੰ ਦੇ ਇਹ ਮੈਂ ਸਾਰੇ ਚੱਕ ਵਾਲਿਆਂ ਨੂੰ ਆਪ ਦੇਸਾਂ ਤੂੰ ਇੱਜ਼ਤ ਨਾਲ ਇੱਥੇ ਬਹੁ ਚੱਲ ਇੱਜ਼ਤ ਨਾਲ ਇੱਥੇ ਬਹੁ ਮੈਂ ਤਾਂ ਲੈ 1000 ਰੁਪਏ ਚੌਧਰੀ ਫਲਕ ਸ਼ੇਰ ਤੂੰ ਇੱਥੇ ਬਹੁ ਉਹ ਬੇਵਕੂਫ ਦੇ ਬੱਚਿਆ ਮੈਂ ਫਲਕ ਸ਼ੇਰ ਦਾ ਪੁੱਤਰ ਜਦੋਂ ਕਾਰਡ ਸਾਰਿਆਂ ਨੂੰ ਘਰਾਂ 'ਚ ਦੇਸਾਂ ਨਾ ਤੇ ਮੈਂ 5,000 ਇੱਕ ਘਰ 'ਚ ਲੈਣਾ ਤੈਨੂੰ ਤਾਂ ਦੇਣਾ 5,500 ਹਾਂਜੀ ਮੈਨੂੰ ਕੀ ਫਾਇਦਾ ਤੂੰ ਰੱਖ ਜਾਸੇ ਨਹੀਂ ਮੈਨੂੰ ਕੀ ਲੋੜ ਹੈ ਮੈਂ ਖਾਨਦਾਨੀ ਬੰਦਾ ਮੈਂ ਤੈਨੂੰ ਦੇਸਾਂ ਲਿਆ ਕੇ ਸਾਰੇ ਉਹ ਤੇਰਾ ਬਲਾ ਕਰਦਾ ਪਿਆ ਲੈ ਓ ਚੌਧਰੀ ਇਹ ਕਾਰਡ ਨਹੀਂ 6 ਨਾਲ ਨਾ ਤੂੰ ਪੜ ਲਾ ਤੇ ਸਾਰੇ ਪਿੰਡ 'ਚ ਦੇ ਲਾ ਤੇ ਮੈਂ ਹਟਦਾ ਹੋਇਆ ਨਾ
पैसे ले ले सा मेनू शहर थोड़ा जा काम है। शाबाश ओए बंदा तो तू मेनू बड़ा समझदार लगता पे। वेरी गुड, या तू आदा काम कर असि तेरा काम करने। वो मैं मोर जानना तेरी ये हरकत तो मालूम होया कि तू मेरा पुत्र नहीं किसी कुत्ते दा पुत्र है। मैं अगे तेरा कोई नहीं है। मेरी गल सुन, तू ओदिया गल्लां नूं छड्ड पिया नाइयां ला की काम फड़दा पैगा, अपनी बेइज्जती हैगी। अबे नूं मैं गंदिया करना चाहना और राज के गंदिया करना चाहना। मैं ना पूरा चक के चब्बा किदे मुंह ना विखावे। हां मुंह ना विखावे, चल अगा टोर। अस्सलाम वालेकुम माई साबरा। वालेकुम सलाम। ते पुत्र किवें आया है? आ कार्ड देवना है शादी दा। कार्ड देवना है शादी दा? हां आ तुहाडा शादी दा कार्ड ने। ते किन्ना दी शादी दा कार्ड है? ए जी मलक शबाज खोखर कानू गोंद रहन आला, ओ आदे पुत्र दी शादी कर रहे है। ते से खुशी दे विच रुपया 1000 मेरे हवाले कर दियो। तैनू 1000 रुपया देवा? क्या देवा तैनू? ओ भाई मैं तुहाडा कमी बन के आया, नाई बन के आया, ते पैसे देने नहीं तुहाडे बनदे। ए कुआरा तू अकल दा इलाज कर। तू चौधरी फलक शेर दा पुत्र है ते तैनू शर्म या नहीं आंदी? वदी तू कार्ड देंदा बना? इंदे विच शर्म हया आली केड़ी गल है? ए सारे नाई जेड़े काम करदे ने, कार्ड देंदे ने, गड्डी देंदे ने, वाल कटदे ने, शेपा करदे ने, ओ कोई शर्म आली गल है? हजार तो ज्यादा बन सकनी ते ज्यादा दे दे। प्यो नु पता है कि कोई ना? जे नहीं है तो पता लग जा। हाँ जेड़ा काम कर दे मने लोकी दास ही देने है के फिर की उनु पता चल जावे तो साढ़े सिर ते कौन तलवार आई खलोती की असि काम नहीं करना। ते नाले शुगरी आपा कोई लोक छुप के करदे पे हैं, असि कोई चोरी करदे पे हैं, असि मेहनत ही करदे पे हैं। पता लग जा सोस ते मोड़ की है। हाँ। फाड़ चल आ गा। ओए ओए अरे प्यो नु मैं कंदे आ किती वदा लीक लाई वदा है। शौकिया के? हां पकानिया तो सोते आन तू आप दी रीत नहीं बदलनी। अपना शादी का कार्ड आया तुहाडे ले? कहिंदी शादी है? शादी है मलक शबाज खोखर कानू गों वाला। अच्छा, ओ आदे छूर दी शादी करदा पे ए पुछण दी केड़ी लोड़ है? भी बंदा कार्ड खोल के पढ़ लेंदा है। यार अनपढ़ बंदे हां तैनू पता है नहीं पढ़ना हुंदा। हां बे बिरावा ओना दी शादी है ते कार्ड तू चक्की फिरना है की मामला? मैं नाई हो गया आज तो। नाई? मैं नाई वाला काम शुरू कर दिता है तो मैं कार्ड ही वंडे किते करसा, सारीयां शादियां दे कार्ड वंडे किते करसा। ला इल्ला खां पिछली नालू अगली वधा छड्डी है। लोग आंदे ने के अस चौधरी होवी है को खानदानी होवी है, आए वेख लंदे काम केड़ा कट्टा खोल के खलोता होया। तैनू में केड़ी मुसीबत बनी है? यकदम चौधरीयां तू कमियां वाले काम ते आ गया। ओए मेरे प्यो ने मैनू आज ज्यादा ते चुहा कर छड्या, सानू दोवां नू कट दिता इसु घरों, ते असि मुड कोई ना कोई काम तो करना ही है। हां मेरा साईं सही आ पिएगा, मेरे साईं नु मेरे सोरे आख कर दिते है के तसी तादो कोई मामला टोरना है ना, रोटी टुकर नहीं खाना है गोने जो बैठे रे किसी जिम्मेदारन दे बच्चे आए। रमजी क्यों रोंदा पिएगा एवें? आदा दिल बैड़ा पे करना नाल मेरा दिल बैड़ा पे करना। चुप कर, जिने दा कोई नहीं ना होंदा उना दा अल्लाह होंदा है। तू मेरी समानी हौसले वाली समानी है, मैनू फखर है जिंदगी दे विच मेरे प्यो ने कोई एक काम चंगा कीता ते ए कीता, तेरी मेरी शादी करवा दित्ती। हां हुण तुसी सन पैसे दियो सी अगा वी जाना पूरे पिंड च काट देना मेरी बहन आके। मेरा ब्याह बड़ा वक्त आना है, तू तो तेरी समानी चंगी है, वेखे ना तेरे प्यो ने तेनू चिकिया ते नाल ओ भी तेरे टोर पई है। अइला गार बौरा है नि समानी है कुचची केड़ा बौरा है? ओ मैं वक्त आला तैनू किवें पता मैं बौरा? तू मेरा सितारा वेखी खला। आ मैं वेखदा पिया लड़दे पिया तुसी ते मेरा ब्याह इंदी ता एवें लुतरी चलदी रहंदी है, तो तू मेनू कोई सियाणा मालूम हो ना, तू सही पछाणया इनू? नहीं उल्टा मेरी लुतरी। हां
ਨਹੀਂ ਸੁਗਰੀ ਪੈਣਾ ਮੁੰਡ ਰੋਟੀ ਛੋਟੀ ਕੋ ਖਾ ਕੇ ਜਾਵੇ ਆ ਜਾਊ ਸਬਜ਼ੀ ਲਾਉਣ ਵਾਸਤੇ ਨਹੀਂ ਲੇਟ ਹੋ ਜਾਸੀ ਅਸੀਂ ਜਾ ਕੇ ਆਦਾ ਕੋ ਕੰਮ ਟੋਰੀਏ ਸਿੱਧਾ ਪਤਰਾ ਕਰੀਏ ਨਹੀਂ ਐਂ ਕਰੋ ਪਕਾ ਕੇ ਰੱਖੋ ਅਸੀਂ ਸ਼ਾਮੀ ਤੁਹਾਡੇ ਲੋ ਅੱਜ ਖਾਵਾਂ ਹਾਂ ਕੋਈ ਮਸਲਾ ਨਹੀਂ ਤੂੰ ਸਾਰਾ ਨਸੀਬ ਖਾਵਣਾ ਹਾਂ ਸੋਹਣੀ ਰੋਟੀ ਪਕਵਿਆ ਨਾਲ ਚਾਹ ਵੀ ਬਣਾਵੇ ਆ ਦੁੱਧ ਪੱਤੀ ਵਾਲੀ ਠੀਕ ਹੈ ਬੜੀ ਮਿਹਰਬਾਨੀ ਮੈਂ ਸ਼ੌਕੀ ਆ ਕੇ ਜਾ ਕੇ ਅੱਜ ਕੱਟਾ ਲਾਇਆ ਮੈਂ ਮੇਰਾ ਮਤਲਬ ਹੈ ਕੱਟੇ ਦਾ ਗੋਸ਼ਤ ਲਾਇਆ ਮੈਂ ਆਏ ਆਪ ਦਾ ਇਹ ਕੋਈ ਨਹੀਂ ਮੇਰੇ ਮਾਮੇ ਦਾ ਪੋਤਰੇ ਤਰੇ ਰੋਟੀਆਂ ਤੋਂ ਇਲਾਵਾ ਆਟਾ ਤੇਰੇ ਕੋਲ ਉਸਾਨਾ ਕਿ ਪੌਂਦਾ ਨਹੀਂ ਤੇ ਇਹਨਾਂ ਨੂੰ ਤੂੰ ਕਿਵੇਂ ਰਜਾਉਂਗਾ ਪਤਾ ਹੀ ਰਮਜ਼ੀ ਕਿੰਨਾ ਖਾਂਦਾ ਸੱਤਾ ਸੱਤਾ ਫੁਲਕਿਆਂ ਦਾ ਸ਼ੇਰ ਲੈਂਦਾ ਸ਼ੇਰ ਲੈਂਦਾ ਅਗਾ ਆ ਜਾ ਮੋਟਰਸਾਈਕਲ ਕੱਢ ਅਗਾ ਆ ਜਾ ਆ ਫੱਦ ਇਹ ਪਿਓ ਦੀ ਕਾਗੀ ਰੋਕੀ ਹੈ ਜਿਹੜਾ ਕੰਮ ਕੀਤੀ ਬੰਦਾ ਮੋਟਰਸਾਈਕਲ ਹੀ ਤਬਾਹ ਹੋਇਆ ਪਿਆ ਕੁੱਕੀ ਜੀ ਇੱਥੇ ਵਾਸਨਾ ਹੀ ਲੈਂਦੇ ਰਹੋਗੇ ਜੇ ਮੇਰੇ ਭਰਾ ਦੇ ਆਉਣ ਦੀ ਖੁਸ਼ੀ ਦੇ ਵਿੱਚ ਕੋਈ ਦੋ ਦੇਗਾਂ ਵੀ ਚੜਾਓਗੇ ਮਸੇ ਮਸੇ ਲੱਖ ਰੁਪਏ ਲਿਆਂਦਾ ਦੱਠੀ ਹੈ ਪਿੰਨ ਲੱਗੀ ਪਈ ਹੈ ਉਹ ਪਿੰਨ ਤੋੜ ਲਵਾਂ ਸਾਰੇ ਲੱਗ ਜਾ ਸਰ ਐਵੇਂ ਸਾਰੇ ਲੱਗ ਜਾ ਸਰ ਤੁਸੀਂ ਐਡੇ ਵੀ ਕੰਜੂਸ ਨਾ ਬਣੋ ਸ਼ੁਰੂ ਤੋਂ ਕੰਜੂਸ ਹਾਂ ਤੈਨੂੰ ਤਾਂ ਪਤਾ ਹੈ ਉਹ ਭੈਣੇ ਲਾੜਨਾ ਜੇ ਭਣਵਾਈਆ ਮੇਰਾ ਕੰਜੂਸ ਬਣਿਆ ਖੜਾ ਤੇ ਕਿਹੜੀ ਗੱਲ ਹੈ ਪੈਸੇ ਮੈਂ ਦੇ ਦਿੰਦਾ ਤੇਰਾ ਸ਼ੌਕ ਮੈਂ ਪੂਰਾ ਕਰ ਦਿੰਦਾ ਨਾਲੇ ਤੇਰੇ ਤੋਂ ਇਲਾਵਾ ਮੇਰਾ ਕਿਹੜਾ ਹੈ ਜੋ ਕਮਾਉਣਾ ਮੈਂ ਤੈਨੂੰ ਹੀ ਤਾਂ ਦੇਣਾ ਮੇਰੀ ਕਿਹੜਾ ਅਜੇ ਸ਼ਾਦੀ ਹੋਈ ਹੈ ਇਹ ਤੇਰੇ ਵੀ ਕਮਾਈ ਦੇ ਉੱਤੇ ਨਾ ਹੱਕ ਮਾਰ ਕੇ ਬੈਠਾ ਹੈ ਤੇਰੀ ਕਮਾਈ ਤੇ ਵੀ ਆਹਾਹਾ ਤੁਸੀਂ ਬਹਿਣ ਬਰਾ ਕਮਾ ਕੇ ਮੈਨੂੰ ਦਿੰਦੇ ਨੇ ਹੈ ਦਿੰਦੇ ਨੇ ਜੋ ਆਂਦਾ ਤੂੰ ਹੜੱਪ ਕਰ ਜਾਂਦਾ ਹੈਗਾ ਹੜੱਪ ਕਰ ਜਾਂਦਾ ਸਹੀ ਹੈ ਨਾ ਆ ਕੋਠੇ ਦਾਤ ਨਵੇਂ ਪਾਵਣੇ ਹਾਂ ਇਹ ਤੂੰ ਇਹਦੇ ਸਿਰ ਤੇ ਪਾਣੇ ਨੇ ਓਹੋ ਹੋ ਹੋ ਇਹਦੇ ਸਿਰ ਤੇ ਕੋਲ ਪਾਣੇ ਓ ਕੋਈ ਗੱਲ ਨਹੀਂ ਭੈਣੇ ਇਹਨੂੰ ਪਾ ਲੈਣ ਦੇ ਕੋਠੇ ਤੇਰਾ ਬਣ ਗਿਆ ਤੇ ਮੇਰਾ ਬਣ ਗਿਆ ਇੱਕ ਹੀ ਗੱਲ ਹੈ ਕੋਈ ਮਸਲਾ ਨਹੀਂ ਕੇ ਮੋਰ ਬਾਜ਼ ਦੀ ਕੋਠੇ ਪਾ ਲਵੇ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਅਸਲਾਮ ਬਾਜ਼ ਆ ਟੋਟ ਟੋਟ ਕੇ ਮੇਰੀ ਤਾਂ ਥੱਕ ਗਈ ਹੈ ਬੇਗਮ ਕੋਈ ਬਾਤ ਹੋ ਸਲਾਮ ਹੋਵੇ ਜਨਾਬ ਵਾਲੇਕੁਮ ਸਲਾਮ ਤੁਸੀਂ ਮੈਨੂੰ ਮਿਹਣਾ ਮਾਰਿਆ ਕਿ ਤੂੰ ਕੰਮ ਕੋਈ ਨਹੀਂ ਕਰਨਾ ਤੂੰ ਨਿਕੰਮਾ ਹੈ ਤੂੰ ਚੋਰ ਬਣ ਸੈ ਇਹ ਕਰ ਸੈ ਉਹ ਕਰ ਸੈ ਲੈ ਮੈਂ ਕੰਮ ਸ਼ੁਰੂ ਕਰ ਦਿੱਤਾ ਹੈ ਉਹ ਵੀ ਰਨ ਨਾਲ ਲਈ ਬਣਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਕਿਹੜਾ ਕੰਮ ਸ਼ੁਰੂ ਕਰ ਦਿੱਤਾ ਹੈ ਹਾਂ ਸ਼ੁਕਰ ਹੈ ਜੇ ਕੋ ਸੁਰ ਦਾ ਸਵਾਲ ਤੁਹਾਡੇ ਮੂੰਹ ਚੋਂ ਨਿਕਲਿਆ ਨਾਈਆਂ ਵਾਲਾ ਕੰਮ ਸ਼ੁਰੂ ਕਰ ਦਿੱਤਾ ਹੈ ਨਾਈਆਂ ਵਾਲਾ ਹਾਂਜੀ ਆ ਗੱਡੀ ਲੈ ਕੇ ਆਇਆ ਤੁਹਾਡਾ ਕਾਰ ਸ਼ਾਦੀ ਵਾਲਾ ਵੇ ਤੂੰ ਤੇ ਪਿੰਡ ਦੇ ਚੌਧਰੀ ਦਾ ਪੁੱਤਰ ਹੈਗਾ ਤੇ ਤੂੰ ਨਾਈਆਂ ਵਾਲਾ ਕੰਮ ਸ਼ੁਰੂ ਕਰ ਦਿੱਤਾ ਹੈ ਚਲੋ ਸ਼ੁਕਰ ਹੈ ਕੋ ਕੰਮ ਤੇ ਸ਼ੁਰੂ ਕੀਤਾ ਸੂ ਅੱਗੇ ਤੇ ਚੋਰੀਆਂ ਕਰਦਾ ਉਹ ਜਿਹੜਾ ਅੱਗੇ ਕਰਦਾ ਆਸੂ ਉਹ ਚੋਰੀਆਂ ਨਹੀਂ ਕਰਦਾ ਆਸੂ ਉਹ ਲਾਡ ਕਰਦਾ ਆਸੂ ਆਦੇ ਪਿਓ ਦੇ ਸਿਰ ਤੇ ਕਿਉਂ ਹੁਣ ਪਿਓ ਮਰ ਗਿਆ ਹਾਂ ਸਾਡੇ ਵਾਸਤੇ ਤਾਂ ਮਰਿਆ ਲੇਖ ਹੀ ਹੈ ਜੇ ਸਾਨੂੰ ਕੋਈ ਸ਼ੈ ਉਹਨੇ ਦੇਣੀ ਨਹੀਂ ਤਾਂ ਅਸੀਂ ਆਦੀ ਮਿਹਨਤ ਕਰਨੀ ਤੇ ਤਾਂ ਖਾਣਾ ਤੇ ਸਾਡੇ ਵਾਸਤੇ ਤਾਂ ਮੋਹਾਂ ਲੇਖ ਬਰ ਲੈ ਕਾਰਡ ਲੈ ਲੋ ਤੇ ਪੈਸੇ ਉਹਦੇ ਉਹ ਪੂਰੇ ਪਿੰਡ ਚ ਜਾਣਾ ਹਲੇ ਕੋਈ ਘਰ ਰਹਿੰਦੇ ਪੈਣਾ ਚੌਧਰੀ ਕੁੱਕੀ ਵਰਲਡ ਮੁਹੰਮਦ ਦੀਨ ਕੋਈ ਬਲਦੀਆ ਤੇ ਫਰਕ ਤਾਂ ਨਹੀਂ ਲਿਖੀ ਗਿਆ ਜੀ ਨਹੀਂ ਨਹੀਂ ਕੋਈ ਫਰਕ ਨਹੀਂ ਹੋਰ ਤੁਹਾਡਾ ਹੀ ਹੈ ਹਾਂ ਜੱਟੀ ਪੈਸੇ ਦੇ 1000 ਰੁਪਈਆ ਦੇ ਉਸ ਚ 1000 ਹੀ ਬੰਨਿਆ ਹੋਇਆ ਹੈ ਜੀ ਮੈਂ ਚੌਧਰੀ ਦਾ ਪੁੱਤ ਹਾਂ ਤੇ ਤੁਹਾਡਾ ਹੱਕ ਬਣਦਾ ਤੁਸੀਂ ਮੈਨੂੰ ਜ਼ਿਆਦਾ ਦੇ ਨਹੀਂ ਜੀ ਬੰਦਾ ਮੇਰਾ ਬੜਾ ਕੰਜੂਸ ਹੀਗਾ ਆ ਵੇਖਣਾ ਪਿਆ ਮੇਰਾ ਭਰਾ ਬਾਹਰੋਂ ਆਇਆ ਹੋਇਆ ਤੇ ਉਹਦੀ ਆਉਣ ਦੀ ਖੁਸ਼ੀ ਦੇ ਵਿੱਚ ਉਹ ਦੇਗਾ ਨਹੀਂ ਕਰਦਾ ਪਿਆ ਨਾਲੇ ਮੈਨੂੰ ਯਾਦ ਆਇਆ ਸੱਚੀ ਤੂੰ ਤੇ ਨਾਈਆਂ ਵਾਲਾ ਕੰਮ ਸ਼ੁਰੂ ਕੀਤਾ ਹੋਇਆ ਤੇ ਇੰਜ ਕਰ ਕਿ ਦੋ ਦੇਗਾਂ ਦਾ ਆਰਡਰ ਲੈ ਲੈ ਮੈਂ ਅੱਲਾ ਵਾਸਤੇ ਚੱਕ ਚ ਵੰਡਦੀਆਂ ਨੇ ਆਪਣੇ ਭਰਾ ਦੀ ਖੁਸ਼ੀ ਵਿੱਚ ਹਾਂ ਦੇਗਾਂ ਕਰ ਤੇ ਸੈਂ ਮੇਰੇ ਪਿਓ ਲੈ ਲਗੇ ਜੋ ਕਿਉਂਕਿ ਦੇਗਾਂ ਵਾਲਾ ਕੰਮ ਜਿਹੜਾ ਹੈ ਨਾ ਉਹ ਹੀ ਕਰਦਾ ਹੈ ਅੱਛਾ ਚਲੋ ਅੱਲਾ ਵਾਸਤੇ ਕਰਨੀ ਤੂੰ ਵੀ ਅੱਲਾ ਵਾਸਤੇ ਪਕਾ ਛੱਡ ਚਲੋ ਠੀਕ ਹੈ ਮੈਂ ਖਾ ਲੈ ਸਾਂ ਆ ਕੇ ਹਾਂ ਚਾਵਲ ਲੈ ਲੈਣਾ ਤੁਸੀਂ ਹਾਂ ਸਾਡੇ ਘਰੇ ਪੁਚਾ ਦੇਵੇ ਆ ਰਮਜੀ ਟੋਰ ਹੈ ਗਾ ਹਾਲੀ ਹੋਰ ਵੀ ਘਰ ਰਹਿੰਦੇ ਪਏ ਘਰੇ ਕਿਹੜੇ ਅਸੀਂ ਆ ਕੇ ਖਾ ਜ ਸਾਂ ਚਲ ਠੀਕ ਹੋ ਮੈਂ ਉੱਥੇ ਆਪਣੇ ਘਰੇ ਦੀ ਗੱਲ ਕਰਦੀ ਪਈ ਆ ਮੇਰਾ ਸਹੁਰੇ ਵਾਲੇ ਚਾਵਲ ਗੱਲਣ ਚ ਆ ਚਲੋ ਜੀ ਇਹਨੇ ਪਿਓ ਵਾਲ ਦੇਗਾਂ ਦਾ ਆਰਡਰ ਦੇਣ ਚਲੀ ਗਏ ਤੂੰ ਵੀ ਚਾਵਲ ਖਾਸੀ ਮੈਂ ਵੀ ਖਾ ਲੈ ਸਾਂ ਮੈਂ ਕੋ ਨੂੰ ਖੋਲ ਆਇਆ ਹੋਇਆ ਉੱਠ ਕੇ ਮੈਂ ਅੱਲਾ ਵਾਸਤੇ ਕਰਨਾ ਜੋ ਮੈਨੂੰ ਲੱਗਦਾ ਨਹੀਂ ਆ ਜਾ ਚਲ ਚਲ ਜਲਦੀ ਹੋ ਤੇ ਪਿਓ ਨੂੰ ਦੇਗਾਂ ਦਾ ਆਰਡਰ ਦੇ ਦਿਗੇ ਅੰਦਰ ਰੱਖ ਲਵਾਂ ਕਿ ਨਾਲ ਲਈ ਚਲਾ ਨਾਲ ਜੇਬੇ ਚ ਪਾ ਲਓ ਜੀ ਚਲ ਸੋਹਣਿਓ ਕਿਦੇ ਵਦੇ ਹੋ ਕੱਲੇ ਕੱਲੇ ਤੇ ਪ੍ਰਾਂਦੀਆਂ ਨੂੰ ਘੁਮਾ ਰਹੇ ਹੋ ਉਹ ਤੇਰੀ ਮਾਂ ਨੂੰ ਘੁਮਾਵਾਂ ਉਹ ਮੇਰੀ ਮਾਂ ਤਾਂ ਮਰੀ ਹੋਈ ਆ ਕੇ ਕਬਰ ਨੂੰ ਘੁਮਾ ਲਾ ਅੱਛਾ ਹਾਂ ਤੈਨੂੰ ਤਾਂ ਮੈਂ ਦੱਸਣੀ ਖੱਲਾ ਕਿਉਂ ਲੈਂਦੀ ਪਈ ਤੈਨੂੰ ਆ ਕੇ ਸਰਕਾਰ ਤੇ ਸੋਹਣਿਆ ਉਹ ਤੈਨੂੰ ਆ ਕੇ ਬਗੈਰਾ ਤਾਂ ਕੇ ਹਾਂ ਚਬਲ ਜਾਇਆ ਕੇ ਖੱਚ ਦੇ ਸਾਹਮਣੇ ਤੈਨੂੰ ਦੱਸ ਸਾਹਮਣੇ ਬਗੈਰਾ ਤਾਂ ਕੇ ਉਹ ਕੀ ਰੋਲਾ ਪਾ ਕੇ ਖੜੋ ਗਏ ਜੇ ਕਈ ਲੜਾਈ ਪਾਈ ਖੜੋਤੇ ਨੇ ਕਈ ਜਾਨਾ ਨਾ ਕੋਲ ਪੁੱਛਿਆ ਨਾ ਮੈਨਾਂ ਬਦਤਮੀਜ਼ੀ ਕੀਤੀ ਹੈਗੀ ਏ ਕਿਉਂ ਜਲੀਲ ਦਾ ਬੱਚਿਆ ਬਦਤਮੀਜ਼ੀ ਕਿਉਂ ਕੀਤੀ ਓ ਯਾਰ ਮੈਨੂੰ ਇਹ ਚੰਗੀ ਲੱਗੀ ਤੇ ਮੈਂ ਬੁਲਾਇਆ ਮੈਨੂੰ ਖਲਿਆ ਨਾਲ ਪਾ ਗਈ ਚੰਗੀ ਲੱਗੀ ਏ ਆ ਫੜੀ 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 ਖਾ ਫੜ ਲ ਫੜ ਲ ਫੜ ਲ ਫੜ ਲ ਪਿੰਡ ਦੀਆਂ ਧੀਆਂ ਬਹਿਣਾ ਆਹ ਦੀਆਂ ਧੀਆਂ ਬਹਿਣਾ ਹੁੰਦੀਆਂ ਚੱਲ ਬਹਿਣੇ ਤੂੰ ਹੁਣ ਜਾ
मेनू दस कार्ड क्या बिलकुल तू ठीक सोचा प्यो रज के गंदा कर जे अगर मेरी लोड़ हो मैं भी हाजिर हाँ तेरी लोड़ है ਸਾਨੂੰ ਰਵਣ ਵਾਸਤੇ ਦੋਵਾਂ ਜੀਆਂ ਨੂੰ ਜਾਗਾਂ ਦੇ ਤੇ ਅਸੀਂ ਗੰਦਿਆਂ ਕਰਸਾਂ ਰਾਜ ਕਿਉਂ ਨੂੰ ਯਾਰ ਮੇਰੇ ਘਰ ਤੁਸੀਂ ਮਹੀਨਾ ਰਵੋ ਦੋ ਰਵੋ ਮੇਰੇ ਨੂੰ ਤੁਹਾਨੂੰ ਕੋਈ ਰੁਕਾਵਟ ਨਹੀਂ ਚਲੋ ਠੀਕ ਹੈ ਐਂ ਕਰ ਘਰੇ ਸਾਡੇ ਲਗਾ ਜਾ ਸਾਡਾ ਸਮਾਨ ਜਿਹੜਾ ਕੱਪੜੇ ਛੱਪੜੇ ਚਾ ਕੇ ਲੈ ਆ ਬੈਗ ਵਿੱਚ ਪਾ ਕੇ ਤੇ ਮੇਰੇ ਪਿਓ ਨੂੰ ਕੋਲ ਇਜਾਜ਼ਤ ਨਾਲ ਲੈ ਕੇ ਆਵੀਂ ਠੀਕ ਹੈ ਇਹਨੂੰ ਕੱਲੇ ਨੂੰ ਕਿਹਦਾ ਗਲਦਾ ਪਏਗਾ ਮੇਰੇ ਕੱਪੜੇ ਜਿਹੜੇ ਪਏ ਹੈਗੇ ਨੇ ਇਹਨੂੰ ਨਹੀਂ ਸੌਰ ਲੱਗਣੀ ਕਿ ਮੈਂ ਕਿਹੜਾ ਕੱਪੜਾ ਚੱਕਣੇ ਸੁਗਰੀ ਦੇ ਹੋਰ ਤੁਸੀਂ ਦੋਵੇਂ ਜਣੇ ਲੈ ਕੇ ਜਾਓ ਤੇ ਸਾਰਾ ਸਮਾਨ ਚਾ ਲੈ ਆਓ ਤੇ ਤੂੰ ਸਾਡੇ ਨਾਲ ਕਿਉਂ ਨਹੀਂ ਹੋ ਜਾਂਦਾ ਮੈਂ ਬਾਹਰ ਬੂਏ ਤੇ ਖਲੋ ਰਾਸਾ ਨਾ ਤੇ ਮੈਂ ਤਾਂ ਜਾਣਾ ਹੈ ਉਦੋਂ ਜਦੋਂ ਉਹਨੂੰ ਮੇਰੀ ਲੋੜ ਪਵਣੀ ਹੈ ਚਲੋ ਠੀਕ ਹੈ ਸਮਾਨ ਇਹਨੂੰ ਗੱਲ ਮੇਰੇ ਨਾਲ ਆਪਾਂ ਰਲ ਕੇ ਜਾਂਦੇ ਪਏ ਮੈਂ ਬੂਏ ਤੇ ਖਲੋਵਣਾ ਇੱਥੇ ਨਹੀਂ ਖਲੋਵਣਾ ਚਲੋ ਆ ਜਾ ਅੱਛਾ ਇਹਦਾ ਮਤਲਬ ਹੈ ਵੀ ਮੇਰਾ ਪੁੱਤਰ ਸ਼ਾਦੀਆਂ ਦੇ ਕਾਰਡ ਦਿੰਦਾ ਫਿਰਦਾ ਹੈ ਹਾਂ ਚੌਧਰੀ ਸਾਹਿਬ ਮੈਨੂੰ ਆਪ ਕਾਰਡ ਦਿੱਤਾ ਸੋ ਮੈਂ ਬਰ ਤੇਰੇ ਕੋਲ ਮਰਾਂਦੀ ਪਈ ਹਾਂ ਚਲੋ ਸਾਹਿਬ ਨਾਲ ਤੇਰੀ ਮਿਹਰਬਾਨੀ ਤੂੰ ਆ ਕੇ ਦੱਸਿਆ ਮੈਂ ਉਹਦੇ ਨਾਲ ਕਰ ਲੈਣਾ ਠੀਕ ਹੈ ਚੌਧਰੀ ਸਾਹਿਬ ਮੈਂ ਜਾਣਾ ਅਸਲਾਮ ਅਲੈਕੁਮ ਚੌਧਰੀ ਸਾਹਿਬ ਵਾਲੇਕੁਮ ਸਲਾਮ ਚੌਧਰੀ ਸਾਹਿਬ ਜੀ ਜਨਾਬ ਦੋ ਦੇਗਾ ਪਕਾਉਣੀਆਂ ਤਾਂ ਆਪਣੇ ਸਾਲੇ ਦੀ ਖੁਸ਼ੀ ਕਰ ਰਿਹਾ ਬਾਹਰੋਂ ਆਇਆ ਦੇਗਾ ਪਕਾਉਣੀਆਂ ਹਾਂਜੀ ਯਾਰ ਕਿਸ ਤਰ੍ਹਾਂ ਦੀ ਗੱਲ ਕਰਦਾ ਪਿਆ ਉਹ ਤੁਹਾਡਾ ਪੁੱਤਰ ਆਇਆ ਸੀ ਆ ਵੇ ਕਾਰਡ ਮੇਰੀ ਜੇਬ ਵਿੱਚ ਚੌਧਰੀ ਸਾਹਿਬ ਤੁਹਾਡੀ ਚੱਕ ਦੇ ਵਿੱਚ ਇੰਨੀ ਇੱਜ਼ਤ ਹੈਗੀ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਪਈ ਕਿ ਤੁਹਾਡਾ ਪੁੱਤਰ ਕਿਹੜੇ ਕੰਮ ਕਰਦਾ ਪਿਆ ਉਹਨੂੰ ਇੱਕ ਵਾਰੀ ਆ ਤਾਂ ਲੈਣ ਦਿਓ ਕਰ ਲੈਣਾ ਮੈਂ ਤੇ ਆ ਗਿਆ ਜੀ ਹੈਲੋ ਉਹ ਰਾਮੀ ਨਾ ਮੈਂ ਇਹ ਕੀ ਕਰਦਾ ਫਿਰਨਾ ਹੈ ਅੱਜ ਕੱਲ ਤੂੰ ਕੀ ਕਰਦਾ ਫਿਰਨਾ ਕੰਮ ਕਿਹੜਾ ਛੇੜਿਆ ਜੀ ਸਮਾਨ ਚਾਵਣ ਆਇਆ ਸਮਾਨ ਤਾਂ ਅਸੀਂ ਚਾਹਣਾ ਹੀ ਹੈ ਜਿਹੜੇ ਅਸੀਂ ਕੰਮ ਕਰਨੇ ਹੈ ਉਹ ਤੁਹਾਨੂੰ ਵਾਰੇ 'ਚ ਨਹੀਂ ਆਉਣੇ ਤੁਹਾਨੂੰ ਸ਼ਰਮ ਆਉਣੀ ਹੈ ਅਸੀਂ ਮੁੜ ਸਮਾਨ ਚਾ ਕੇ ਕਿਤੇ ਜਿੱਥੇ ਦਿਲ ਕਰਦਾ ਰਸਾਂ ਪੈ ਤੈਨੂੰ ਕਿੰਨੇ ਆ ਕੇ ਮੈਨੂੰ ਸ਼ਰਮ ਆਉਂਦੀ ਮੈਨੂੰ ਤਾਂ ਉੱਥੋਂ ਖੁਸ਼ੀ ਹੋ ਰਹੀ ਹੈ ਕਿ ਮੇਰਾ ਪੁੱਤਰ ਕਿਸੇ ਕੰਮ 'ਤੇ ਤਾਂ ਲੱਗਿਆ ਆਦੇ ਥਾਂ ਘਰੇ ਰਹੋ ਤੇ ਕੰਮ ਕਰੋ ਬਾ ਮੈਂ ਇਸ ਤੋਂ ਪਿੱਛੇ ਹੋਰ ਵੀ ਕੰਮ ਕਰਨਾ ਹੈ ਕਿਹੜਾ ਕੰਮ ਕਰਨਾ ਮੈਂ ਕਬਰਾਂ ਵੀ ਕੱਢਦਾ ਹਾਂ ਲੈ ਇਸ ਤੋਂ ਵੱਡਾ ਕਿਹੜਾ ਸਵਾਬ ਦਾ ਕੰਮ ਹੈ ਯਾਰ ਇਹ ਸਵਾਬ ਦਾ ਕੰਮ ਹੈ ਉਹ ਵੀ ਕਰੋ ਮੈਂ ਗਟਰ ਵੀ ਕੱਢਦਾ ਹਾਂ ਮੇਰਾ ਪੁੱਤਰ ਹੋ ਤੈਨੂੰ ਜੱਜ ਸੀ ਨਹੀਂ ਬੜਾ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।